हेलो एवरीवन हियर इज जारिद कौर एंड वेलकम बैक टू आवर YouTube चैनल अन मनी जॉब आज मैं 30 वैकेंसीज लेके आई हूं जो ऑलमोस्ट मेरे लगता है सारे सब्सक्राइबर्स के वास्ते ऑलमोस्ट सारेयां वास्ते यूजफुल होन गया एनी फ्रेंड्स नॉन टीचिंग वैकेंसीज जिते विच मैं तोडना क्लर्क अकाउंट्स द क्लास 4 द माली द ड्राइवर द वैकेंसीज सारे नाल शेयर कर लगिया सो चलदेया शॉर्ट वीडियो दे विच इदे विच तन्नू मिल इंफॉर्मेशन शेयर कर दी है ਏ ਵੈਕੈਂਸੀ ਜਿਹੜੀ ਨੇ ਡਾਇਰੈਕਟਰ ਆਫ ਐਜੂਕੇਸ਼ਨ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਬਹਾਦਰ ਗੜ ਪਟਿਆਲਾ ਦੇ ਵੱਲੋਂ ਨੇ ਇਹ ਸਾਰੀਆਂ ਵੈਕੈਂਸੀਸ ਨੌਨ ਟੀਚਿੰਗ ਨੇ ਮੇਨ ਮੇਨ ਗੱਲ ਤੁਹਾਨੂੰ ਦੱਸਣੀ ਕਿ ਲਾਸਟ ਡੇਟ ਹੈ ਫਾਰਮ ਅਪਲਾਈ ਕਰਨ ਦੀ ਜਿਹੜੀ ਹੋ 21 ਚਾਰ ਹੋਣ ਵਾਲੀ ਹੈ ਜਿਹਨੇ ਤੁਸੀਂ ਫਾਰਮ ਅਪਲਾਈ ਕਰਨਾ ਇਹ ਸਾਰਾ ਆਫਲਾਈਨ ਹੋਣਾ ਹੈ ਇੱਕ ਫਾਰਮ ਤੁਸੀਂ ਫਿਲ ਕਰਨਾ ਹੈ ਨਾਲ ਤੁਸੀਂ ਕੀ ਕਰਨਾ ਹੈ 300 ਰੁਪਏ ਦਾ ਡਰਾਫਟ ਵੀ ਭੇਜਣਾ ਹੈ ਕਿਹਦੇ ਨਾਮ ਤੇ ਭੇਜਣਾ ਮੈਂ ਤੁਹਾਨੂੰ ਇਸ ਵੀਡੀਓ 'ਚ ਦੱਸਣ ਜਾ ਰਹੀ ਹਾਂ ਸ਼ਾਰਟ ਦੇ ਵਿੱਚ ਇਹਨਾਂ ਦੇ ਹੈਲਪਲਾਈਨ ਨੰਬਰ ਜਿਹੜੇ ਨੇ ਆ ਅਵੇਲੇਬਲ ਨੇ ਸੋ ਦਸਨੀ ਫ੍ਰੈਂਡਸ ਐਜਡਿਓ ਵਕੇਨਸੀਸ ਨੇ ਐ ਸਾਰੀ ਨੇ ਸਾਰੇ ਨਾਨ ਟੀਚਿੰਗ ਨੇ ਇਹਦੇ ਵਿੱਚ ਤੁਸੀ 300 ਰੁਪਏ ਦਾ ਨਾਲ ਡਰਾਫਟ ਤੇ ਨਾਲ ਇੱਕ ਫਾਰਮ ਦੱਸਾਂਗੇ ਉਹ ਫਿਲ ਕਰਕੇ ਨਾਲ ਤੁਸੀ ਆਪਣੇ ਸਰਟੀਫਿਕੇਟ ਲਾ ਕੇ ਪਾਸਪੋਰਟ ਸਾਈਜ਼ ਫੋਟੋ ਲਾ ਕੇ ਡਾਇਰੈਕਟਰ ਆਫ ਐਜੂਕੇਸ਼ਨ ਐਸਜੀਪੀਸੀ ਦੇ ਨਾਮ ਤੇ ਉਹ ਤੇ 300 ਰੁਪਏ ਦਾ ਡਰਾਫਟ ਬਣਾ ਕੇ ਤੁਸੀ ਭੇਜਣਾ ਹੈ ਅਗਰ ਇਹ ਜਿਹੜਾ ਤੁਸੀ ਸਪੀਡ ਪੋਸਟ ਜਾਂ ਫਿਰ ਤੁਸੀ ਰਜਿਸਟਰਡ ਪੋਸਟ ਕਰਕੇ ਭੇਜ ਸਕਦੇ ਹੋ ਇਹ ਉਹਨਾਂ ਦੇ ਕੋਲ 21 ਚਾਰ ਤੱਕ ਪਹੁੰਚ ਜਾਣਾ ਚਾਹੀਦਾ ਇਸ ਤੋਂ ਬਾਅਦ ਜਿਹੜਾ ਇਹਦਾ ਨਹੀਂ ਅਪਲਾਈ ਜਿਹੜਾ ਉਹ ਤੁਹਾਡੀ ਅਰਜੀ ਨਹੀਂ ਮਿਲਣੀ ਜਾਏਗੀ ਜੇਕਰ ਤੁਹਾਡਾ ਲੀਡ ਫਾਰਮ ਭ ਇਹ ਦੀ ਫਿਸ਼ਟਾ ਕੋਈ ਵੀ ਰਿਟਨ ਟੈਸਟ ਨਹੀਂ ਹੋਣਾ ਸਿੱਧੀ ਸਿੱਧੜ ਇੰਟਰਵਿਊ ਹੋਣੀ ਹੈ ਇੰਟਰਵਿਊ ਜਿਹੜੀ ਉਹ 26/4 ਨੂੰ ਜਿਹੜੀ ਆ ਇਹਨਾਂ ਦੀ ਵੈਬਸਾਈਟ ਦੇ ਉੱਪਰ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੀ ਰਿਓ ਤੁਸੀਂ ਚਾਹੁੰਦੇ ਹੋ ਕਿ ਮਿਸ ਨਾ ਹੋਵੇ ਤਾਂ ਸਾਡੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਸਾਡੇ ਟੈਲੀਗ੍ਰਾਮ ਦੇ ਕੁਝ ਲਿੰਕ ਨੇ ਜਿਹੜੇ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦਿੱਤੇ ਨੇ ਇੰਸਟਾਗ੍ਰਾਮ ਦੇ ਲਿੰਕ ਨੇ ਉੱਥੇ ਉੱਪਰ ਜਾ ਕੇ ਤੁਸੀਂ ਸਾਡੇ ਪੇਜ ਨੂੰ ਜੁਆਇਨ ਕਰ ਸਕਦੇ ਹੋ ਉਦੇ ਉੱਪਰ ਤੁਹਾਨੂੰ ਐਸਾ ਨੋਟੀਫਿਕੇਸ਼ਨ ਮਿਲ ਜਾਏਗਾ ਜਾਂ ਫਿਰ ਤੁਹਾਨੂੰ ਚੈਨਲ ਦੇ ਉੱਪਰ ਜਿਹੜਾ ਨੋਟੀਫਿਕੇ ਇਹ ਦਿਨਾਂ ਕੀ ਕਰਨਾ ਹੈ ਤੁਸੀਂ ਫਰੈਂਡਸ ਆਪਣੇ ਜਿਹੜੇ ਵੀ ਜਿਹੜੇ ਤੁਹਾਡੇ ਨਾਲ ਦੇ ਸਰਟੀਫਿਕੇਟਸ ਨੇ ਮਤਲਬ ਜਿਹੜੇ ਤੁਹਾਡੀਆਂ ਕੁਆਲੀਫਿਕੇਸ਼ਨਸ ਨੇ ਉਹ ਤੁਸੀਂ ਨਾਲ ਭੇਜਣੀਆਂ ਨੇ ਡਰਾਫਟ ਦੇ ਨਾਲ ਸੋ ਕਿਹੜੇ-ਕਿਹੜੀਆਂ ਅਸਾਮੀਆਂ ਨੇ ਸ਼ੋਰਟ ਚ ਚੱਲਦੇ ਆਂ ਪਹਿਲੀ ਹੈਗੀ ਆ ਅਕਾਊਂਟਸ ਕਲਰਕ ਦੀ ਹੈ ਇਹਦੇ ਵਿੱਚ ਤੁਹਾਡੇ ਕੋਲ ਕਿਸੇ ਵੀ ਇੰਸਟੀਟਿਊਟ ਦੇ ਉੱਪਰ ਜਿਹੜਾ ਰਜਿਸਟਰਡ ਇੰਸਟੀਟਿਊਟ ਹੈ ਉਹਦੇ ਵਿੱਚ 50% ਗ੍ਰੈਜੂਏਸ਼ਨ ਜੇਕਰ ਤੁਹਾਡੇ ਕੋਲ ਹੈਗੀ 50% ਮਾਰਕਸ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਕਲਰਕ ਵਾਸਤੇ ਵੀ ਤੁਹਾਡੇ ਕੋਲ 50% ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਕਿਸੇ ਸੰਸਥਾ ਤੋਂ ਵੀ ਹੋਵੇ ਤੇ ਨਾਲ 1 ਸਾਲ ਦਾ ਕਲਰਕ ਦਾ ਤਜਰਬਾ ਹੋਵੇ ਤੇ ਉਹ ਕੈਂਡੀਡੇਟਸ ਅਪਲਾਈ ਕਰ ਸਕਦੇ ਆ ਕੰਪਿਊਟਰ ਪਰ ਪੰਜਾਬੀ ਤੇ ਅੰਗਰੇਜ਼ੀ ਦੀ ਟਾਈਪਿੰਗ ਵੀ ਹੋਣੀ ਚਾਹੀਦੀ ਆ ਉਹਦੇ ਵਾਸਤੇ ਵੀ www.akkatik.com ਦਾ ਲਿੰਕ ਇਸੇ ਵੀਡੀਓ ਦੇ ਚੈਟ ਡਿਸਕ੍ਰਿਪਸ਼ਨ ਬਾਹਰ ਦਿੱਤਾ ਕਿਤਨਾ ਟਾਈਪਿੰਗ ਸਿਖਾਈ ਜਾਂਦੀ ਹੈ ਜਿਵੇਂ ਕਿ ਫਾਈਨਲ ਦੇ ਵਿੱਚ ਆਉਂਦੀਆਂ ਲਾਈਕ ਸਾਈਡ ਤੇ ਟਾਈਮ ਸ਼ੋ ਹੁੰਦਾ ਹੁੰਦਾ ਜਿੰਤਾ ਫਾਈਨਲ ਚ ਕਿੰਨੀਆਂ ਤੁਸੀਂ ਗਲਤੀਆਂ ਕੀਤੀਆਂ ਉਹ ਸਭ ਸ਼ੋ ਹੁੰਦਾ ਇੱਕ ਵਾਰ ਤੁਸੀਂ ਦੇਖ ਕੇ ਉਹਦੇ ਉੱਪਰ ਆਪਣੀ ਟਾਈਪਿੰਗ ਕਰ ਸਕਦੇ ਹੋ ਪ੍ਰੈਕਟਿਸ ਤੁਹਾਡੇ ਬੈਨੀਫਿਟ ਵਾਸਤੇ ਹੀ ਆਪਾਂ ਉਹ ਲਿੰਕ ਦੇਨੇ ਆ ਜ ਜੇ ਤੁਹਾਨੂੰ ਈਜ਼ੀਲੀ ਉਹ ਚੀਜ਼ ਕਲੀਅਰ ਹੋ ਜਾਏ ਕੰਪਿਊਟਰ ਆਪਰੇਟਰ ਦੀ ਜਿਹੜੀ ਆ ਉਹਦੇ ਵਾਸਤੇ ਵੀ ਤੁਹਾਡੇ ਕੋਲ ਕਿਸੇ ਵੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਤੇ 30 ਤੋਂ 40 ਸ਼ਬਦ ਜਿਹੜੀ ਪ੍ਰਤੀ ਮਿੰਟ ਦੀ ਜਿਹੜੀ ਆ ਸਪੀਡ ਦੇ ਨਾਲ ਪੰਜਾਬੀ ਤੇ ਅੰਗਰੇਜ਼ੀ ਦੀ ਜਿਹੜੀ ਟਾਈਪਿੰਗ ਹੋਣੀ ਚਾਹੀਦੀ ਹੈ 1 ਸਾਲ ਦਾ ਤਜਰਬਾ ਵਾਲੀ ਜਿਹੜੀ ਕੈਂਡੀਡੇਟਸ ਨੂੰ ਨਾ ਪ੍ਰੇਫਰੈਂਸ ਦਿੱਤੀ ਜਾਏਗੀ ਲੈਬ ਅਟੈਂਡੈਂਟ ਦੀ ਜਿਹਦੇ ਵਿੱਚ ਕੀ ਤੁਹਾਡੇ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਪਲੱਸ 2 ਸਾਇੰਸ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਲੈਬ ਅਟੈਂਡੈਂਟ ਦੀ ਵੈਕੈਂਸੀ ਵਾਸਤੇ ਅਪਲਾਈ ਕਰ ਸਕਦੇ ਹੋ ਕੇਅਰ ਟੇਕਰ ਜਾਂ ਮੀਡ ਦੇ ਵਾਸਤੇ ਵੀ 12th ਪਾਸ ਹੋਵੇ ਤਾਂ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਡਰਾਈਵਰ ਦੇ ਵਾਸਤੇ ਵੀ ਹੈ ਤੁਸੀਂ ਘੱਟੋ ਘੱਟ میٹرਿਕ ਪਾਸ ਕੀਤੀ ਹੋਵੇ ਹੈਵੀ ਡਰਾਈਵਰ ਲਾਇਸੈਂਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈਗਾ ਤਜਰਬਾ ਹੈ ਤੁਹਾਨੂੰ ਪ੍ਰੀਫਰੈਂਸ ਦਿੱਤੀ ਜਾਏਗੀ ਕੰਡਕਟਰ ਦੀ ਵੈਕੈਂਸੀ ਹੈ ਵੀ ਕਿਸੇ ਵੀ ਵਾਸਤੇ ਤੁਸੀਂ ਕਿਸੇ ਵੀ ਮਾਨ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਕੀਤੀ ਹੋਵੇ ਚੌਂਕੀਦਾਰ ਜਾਂ ਗੇਟ ਕੀਪਰ ਦੀ ਵੀ ਵੈਕੈਂਸੀ ਹੈਗੇ ਜਿਦੇ ਵਿੱਚ ਤੁਹਾਡੇ 8ਵੀਂ ਪਾਸ ਵਾਲੇ ਕੈਂਡੀਡੇਟਸ ਅਪਲਾਈ ਕਰ ਸਕਦੇ ਸਾਬਕਾ ਫੌਜੀ ਜਿਹੜੇ ਹੋਣਗੇ ਉਹਨਾਂ ਦੇ ਰਿਲੇਟਿਵਸ ਨੂੰ ਜਿਹੜਾ ਵਾ ਪਹਿਲਾ preference ਦਿੱਤੀ ਜਾਏਗੀ ਸੇਵਾਦਾਰਦੀ ਵੀ ਹੈ ਜਿਨਾਂ ਦਾ ਪ੍ਰਾਪਰਟੋ 10ਵੀਂ ਪਾਸ ਕੀਤੀ ਹੋਵੇ ਤੇ ਸੇਵਾਦਾਰ ਅਪਲਾਈ ਕਰ ਸਕਦੇ ਸਫਾਈ ਕਰਮਚਾਰਾਂ ਦੇ ਵਾਸਤੇ ਸਿਫਤੀ ਪੜ੍ਹ ਸਿੱਖਣਾ ਤੁਹਾਨੂੰ ਥੋੜਾ ਬਹੁਤਾ ਆਉਂਦਾ ਹੋਵੇ ਤੁਸੀਂ ਸੇਵਾ ਸਫਾਈ ਸੇਵਾਦਾਰ ਵਾਸਤੇ ਅਪਲਾਈ ਕਰ ਸਕਦੇ ਹੋ ਮਾਲੀ ਦੇ ਵਾਸਤੇ 12ਵੀਂ ਪਾਸ ਕੀਤੀ ਹੋਵੇ ਘੱਟ ਤੋਂ ਘੱਟ 5ਵੀਂ ਪਾਸ ਵਾਲੇ ਵੀ ਅਪਲਾਈ ਕਰ ਸਕਦੇ ਬਾਗਬਾਨੀ ਦਾ ਤਜਰਬਾ ਹੋਣਾ ਚਾਹੀਦਾ ਕੋਈ ਡਿਪਲੋਮਾ ਸਰਟੀਫਿਕੇਟ ਨਹੀਂ ਹੋਣਾ ਚਾਹੀਦਾ ਤੁਹਾਨੂੰ ਬਾਗਬਾਨੀ ਦੀ ਨੌਲੇਜ ਹੋਣੀ ਚਾਹੀਦੀ ਹੈ ਹੁਣ ਆਜਣੇ ਕਿਹੜੇ ਕਿਹੜੇ ਸਕੂਲ ਦੇ ਵਿੱਚ ਕਿੰਨੀਆਂ ਕਿੰਨੀਆਂ ਵੈਕੈਂਸੀਸ ਨੇ ਸਾਹਿਬਜ਼ਾਦਾ ਜਿਹੜਾ ਪਾਪਾ ਫਤੀ ਸਿੰਘ ਪਬਲਿਕ ਸਕੂਲ ਹੈਗਾ ਗੁਰੂਕਬਗ ਅੰਮ੍ਰਿਤਸਰ ਉਧਰ ਵਿੱਚ ਡਰਾਈਵਰ ਬੱਸ ਕੰਡਕਟਰ ਕਲਰਕ ਚੌਂਕੀਦਾਰ ਮਾਲੀ ਤੇ ਸੇਵਾਦਾਰਨੀ ਦੀ ਲੋੜ ਆ ਅੱਗੇ ਆ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਜਿਹੜਾ ਹੈਗਾ ਬਠਿੰਡਾ ਦੇ ਵਿੱਚ ਇੱਥੇ ਵੀ ਡਰਾਈਵਰ ਕੰਡਕਟਰ ਕੰਪਿਊਟਰ ਆਪਰੇਟਰ ਚੌਂਕੀਦਾਰ ਮਾਲੀ ਤੇ ਕਲਰਕ ਦੀਆਂ ਵੈਕੈਂਸੀਸ ਅਵੇਲੇਬਲ ਨੇ ਮਾਤਾ ਗੁਜਰੀ ਪਬਲਿਕ ਸਕੂਲ ਜਿਹੜਾ ਮੁਕਸਰਤ ਦੇ ਵਿੱਚ ਉਧਰ ਸੇਵ ਤੇ ਸੇਫ ਅਕਾਊਂਟ ਕਲਰਕ ਦੀ ਇੱਕ ਵੈਕੈਂਸੀ ਅਵੇਲੇ ਸੰਤ ਬਾਬਾ ਫਤੀਸਿੰਘ ਪਬਲਿਕ ਸਕੂਲ ਜਿਹੜਾ ਹੈਗਾ ਪਟਿੰਟਾ ਦੇ ਵਿੱਚ ਇਹਦੇ ਵਿੱਚ ਵੀ ਚੌਕੀਦਾਰ ਸਵੀਪਰ ਮਤਲਬ ਸਫਾਈ ਕਰਮਚਾਰੀ ਤੇ ਮਾਲੀ ਦੀ ਵੈਕੰਸੀ ਦੀ ਨੀਡ ਹੈ। ਗੁਰਗੋਬਿੰਦ ਸਿੰਘ ਪਬਲਿਕ ਸਕੂਲ ਜਿਹੜਾ ਫਰੀਦਕੋਟ ਦੇ ਵਿੱਚ ਹੈ ਇਹਦੇ ਵਿੱਚ ਅਕਾਊਂਟ ਕਲਰਕ, ਆਫਿਸ ਅਸਿਸਟੈਂਟ ਤੇ ਚੌਕੀਦਾਰ ਦੀ ਵੈਕੰਸੀ ਹੈ। ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਜਿਹੜਾ ਫਿਰੋਜ਼ਪੁਰ ਦੇ ਵਿੱਚ ਹੈ ਇਹਦੇ ਵਿੱਚ ਹੀ ਅਕਾਊਂਟੈਂਟ ਤੇ ਕੀਰ ਟੈਕਰ ਦੀ ਨੀਡ ਹੈ ਉਹਨਾਂ ਨੂੰ। ਸਾਹਿਬ ਜਦਾ ਜ਼ੂਰਾ ਫਰ ਪਬਲਿਕ ਸਕੂਲ ਹੈ ਦਾ ਕਪੂਰਥਲਾ ਉਦੇ ਵਿੱਚ ਚੌਕੀਦਾਰ ਤੇ ਕੇਅਰ ਟੇਕਰ ਦੀਆਂ ਵੈਕੈਂਸੀਸ ਨੇ ਇਸੇ ਸਬੰਧ ਦੇ ਨਾਲ ਪਾਈਪੀ ਲੋ ਪਬਲਿਕ ਸਕੂਲ ਮਾਨਸਾਦ ਵਿੱਚ ਅਕਾਊਂਟ ਕਲਰਕ ਵੈਸ ਕੰਡਕਟਰ ਡਰਾਈਵਰ ਤੇ ਮਾਲੀ ਦੀ ਵੈਕੈਂਸੀ ਹੈ ਸ਼ਹੀਦ ਜਿਹੜੇ ਸਾਹਿਬ ਜਦਾ ਜਿਹੜੇ ਨੁਜਾਰ ਸਿੰਘ ਪਬਲਿਕ ਸਕੂਲ ਮਾਨਸਾਦ ਵਿੱਚ ਅਕਾਊਂਟ ਕਲਰਕ ਤੇ ਆਫਿਸ ਅਸਿਸਟੈਂਟ ਤੇ ਕਲਰਕ ਦੀਆਂ ਦੋ ਵੈਕੈਂਸੀਸ ਅਵੇਲੇਬਲ ਨੇ ਮਾਤਾ ਸੁੰਦਰੀ ਪਬਲਿਕ ਸਕੂਲ ਦੇ ਵਿੱਚ ਵੀ ਵੈਕੈਂਸੀਜ਼ ਜਿਹੜੀਆਂ ਨੇ ਉਹ ਅਵੇਲੇਬਲ ਨੇ ਇਸੇ ਸਬੰਧ ਨਾਲ ਸ਼੍ਰੀ ਗੁਰੂ ਘਰ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਂਟਰੀ ਸਕੂਲ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਉਹਦੇ ਵਿੱਚ ਵੀ ਕੰਪਿਊਟਰ ਆਪਰੇਟਰ ਤੇ ਕੀਪਰ ਦੀਆਂ ਵੈਕੈਂਸੀਜ਼ ਅਵੇਲੇਬਲ ਨੇ ਨੈਕਸਟ ਕਰੋ ਤੇ ਬਾਬਾ ਅਜੀਤ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸਪੁਰ ਦੇ ਵਿੱਚ ਕੰਪਿਊਟਰ ਟਾਈਪਿਸ ਆਪਰੇਟਰ ਦੀਆਂ ਵੈਕੈਂਸੀਜ਼ ਅਵੇਲੇਬਲ ਨੇ ਭਾਈ ਮਹਾ ਸਿੰਘ ਪਬਲਿਕ ਸਕੂਲ ਫਾਜ਼ਿਲਕਾ ਦੇ ਵਿੱਚ ਵੀ ਵੈਕੈਂਸੀਜ਼ ਅਵੇਲੇਬਲ ਨੇ ਗੁਰੂ ਘਰ ਗੋਬਿੰਦ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸਪੁਰ ਦੇ ਵਿੱਚ ਵੀ ਵੈਕੈਂਸੀਜ਼ ਜਿਹੜੀਆਂ ਨੇ ਉਹ ਅਵੇ ਪਾਈਨੰਦ ਲਾਲ ਪਬਲਿਕ ਸਕੂਲ ਜਿਹੜਾ ਰੂਪਨਗਰ ਹੈ ਉਹਦੇ ਵਿੱਚ ਵੀ ਵੈਕੈਂਸੀਸ ਜਿਹੜੀਆਂ ਨੇ ਫਰੈਂਡਸ ਉਹ ਅਵੇਲੇਬਲ ਨੇ ਇਸੇ ਹੀ ਸਾਬ ਨਾਲ ਮਹਾਰਾਜਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਂਟਰੀ ਸਕੂਲ ਤਰਨਤਾਰਨ ਦੇ ਵਿੱਚ ਵੀ ਸਵਿਪਰ ਚੌਂਕੀਦਾਰ ਕੰਪਿਊਟਰ ਲੈਬ ਅਟੈਂਡੈਂਟ ਤੇ ਲਾਇਬ੍ਰੇਰੀਅਨ ਦੀਆਂ ਵੈਕੈਂਸੀਸ ਜਿਹੜੀਆਂ ਅਵੇਲੇਬਲ ਨੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜਿਹੜਾ ਸੰਗਰੂਰ ਦੇ ਵਿੱਚ ਉਹਦੇ ਵਿੱਚ ਵੈਕੈਂਸੀਸ ਅਵੇਲੇਬਲ ਨੇ ਸਾਹਿਬ ਜੀ ਦਾ ਅਦੀ ਸਿੰਘ ਪਬਲਿਕ ਸਕੂਲ ਹੁਸ਼ਿਆਰਪੁਰ ਉਹਦੇ ਵਿੱਚ ਵੀ ਵੈਕੈਂਸੀਸ ਜਿਹੜੀਆਂ ਨੇ ਉਹ ਅਵੇਲੇਬਲ ਨੇ ਨੈਕਸਟ ਗੱਲ ਕਰਦੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਦੇ ਵਿੱਚ ਚੌਂਕੀਦਾਰ ਦੀ ਵੈਕੈਂਸੀ ਜਿਹੜੀ ਉਹ ਖਾਲੀ ਹੈ ਇਸੇ ਸਾਹਮਣੇ ਕਾਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਸ਼ਿਆਰਪੁਰ ਦੇ ਵਿੱਚ ਕਲਰਕ ਦੀ ਵੈਕੈਂਸੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਵਿੱਚ ਵੈਕੈਂਸੀਜ਼ ਅਵੇਲੇਬਲ ਨੇ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿੱਚ ਕਲਰਕ ਦੀ ਵੈਕੈਂਸੀ ਹੈ ਭੁਪਿੰਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਵਿੱਚ ਵੈਕੈਂਸੀਜ਼ ਅਵੇਲੇਬਲ ਨੇ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂ ਲੈਂਬਰੀ ਸਾਧ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਹੈਗੀ ਹੈ ਜਲੰਧਰ ਰੋਡ ਦੇਤੇ ਬਟਾਲਾ ਗੁਰਦਾਸਪੁਰ ਉਹਦੇ ਵਿੱਚ ਵੈਕੈਂਸੀਸ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸਕੈਂਟਰੀ ਸਕੂਲ ਹਸ਼ਿਆਰਪੁਰ ਦੇ ਵਿੱਚ ਉਹ ਵੈਕੈਂਸੀ ਹੈ ਦਸ਼ਮੇਸ਼ ਪਬਲਿਕ ਸੀਨੀਅਰ ਸਕੈਂਟਰੀ ਸਕੂਲ ਲੁਧਿਆਣਾ ਦੇ ਵਿੱਚ ਉਹ ਵੈਕੈਂਸੀ ਹੈ ਦਸ਼ਮੇਸ਼ ਪਬਲਿਕ ਸਕੂਲ ਜਿਹੜਾ ਲੁਧਿਆਣਾ ਦੇ ਵਿੱਚ ਉਹਦੇ ਵਿੱਚ ਵੈਕੈਂਸੀ ਅਵੇਲੇਬਲ ਹੈ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿਹੜਾ ਹੈਗਾ ਵਾ ਰੂਪਨਗਰ ਦੇ ਵਿੱਚ ਉਹਦੇ ਵਿੱਚ ਵੀ ਵੈਕੈਂਸੀਜ਼ ਅਵੇਲੇਬਲ ਨੇ ਇਸੇ ਹਿਸਾਬ ਨਾਲ ਕਾਲਸਾ ਪਬਲਿਕ ਸੀਨੀਅਰ ਸਕੈਂਡੀ ਸਕੂਲ ਰੂਪਨਗਰ ਦੇ ਵਿੱਚ ਵੈਕੈਂਸੀਜ਼ ਨੇ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਜਿਹੜਾ ਤਰਨਤਾਰਨ ਉਹਦੇ ਵਿੱਚ ਅਕਾਊਂਟ ਦੀ ਵੈਕੈਂਸੀ ਹੈ ਬਾਬਾ ਬੁੱਢਾ ਜੀ ਪਬਲਿਕ ਸੀਨੀਅਰ ਸਕੈਂਡੀ ਤਰਨਤਾਰਨ ਦੇ ਵਿੱਚ ਵੀ ਕਲਰਕ ਦੀ ਵੈਕੈਂਸੀ ਹੈ ਇਸੇ ਹਿਸਾਬ ਨਾਲ ਦਸ਼ਮੀਸ਼ ਪਬਲਿਕ ਸਕੂਲ ਜਿਹੜਾ ਇਹਦੇ ਵਿੱਚ ਵੀ ਵੈਕੈਂਸੀਜ਼ ਨੇ ਗੁਰਗੋਬਿੰਦ ਸਿੰਘ ਸ੍ਰੀ ਗੁਰਹਰਗੋਬਿੰਦ ਸਿੰਘ ਜਿਹੜਾ ਹੈਗਾ ਵਾ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਮਨਜੀ ਸਾਹਿਬ ਲੁਧਿਆਣਾ ਦੇ ਵਿੱਚ ਉਹਦੇ ਵਿੱਚ ਵੀ ਵੈਕੈਂਸੀਜ਼ ਅਵੇਲੇਬਲ ਨੇ ਮਾਤਾ ਦਾ ਮੋਦਰੀ ਕਾਲਸਾ ਕਾਲਜ ਮੁਗਾ ਦੇ ਵਿੱਚ ਉਹਦੇ ਵਿੱਚ ਆ ਬੀਬੀ ਰਜਨੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਦੇ ਵਿੱਚ ਸੇਵਾਦਾਰ ਨੀਤੀ ਇੱਕ ਵੈਕੈਂਸੀ ਖਾਲੀ ਆ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨਤਾਰਨ ਦੇ ਚੌਂਕੀਦਾਰ ਦੀ ਵੈਕੈਂਸੀ ਅਵੇਲੇਬਲ ਤੇ ਗੁਰੂ ਅਰਜਨ ਦੇਵ ਪਬਲਿਕ ਸਕੂਲ ਜਿਹੜਾ ਹੈਗਾ ਪਠਾਨਕੋਟ ਦੇ ਵਿੱਚ ਇਹਦੇ ਵਿੱਚ ਅਕਾਊਂਟ ਦੀ ਇੱਕ ਵੈਕੈਂਸੀ ਅਵੇਲੇਬਲ ਆ ਇਹ ਸਾਰੇ ਆਵਾਸੇ ਤੁਸੀਂ ਇਹ ਵਾਲੀ ਅਰਜੀ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋਅ ਹੁੰਦੀ ਹੈ ਇਹਦੇ ਇਹ ਵਾਲੀ ਅਰਜੀ ਦਾ ਤੁਸੀਂ ਪ੍ਰਿੰਟ ਕਢਾ ਲੈਣਾ ਹੈ ਨਾਲ ਆਪਣੀ ਫੋਟੋ ਲਾ ਕੇ ਜਿਹੜੀ ਆ ਤੁਸੀਂ ਇਹ ਸਾਰੀਆਂ ਆਪਣੀ ਕੁਆਲੀਫਿਕੇਸ਼ਨਸ ਲੇ ਕੇ ਜਿਹੜੀ ਜਿਹਦੇ ਜਿਹਦੇ ਵਾਸਤੇ ਲੋਡ ਹੈ ਉਸ ਸਾਥ ਦੇ ਨਾਲ ਆਪਣੇ ਸਰਟੀਫਿਕੇਟਸ ਲਾਉਣੇ ਆ ਤੁਸੀਂ ਤੇ ਇਹ ਵਾਲਾ ਤੁਸੀਂ ਨਾਲ ਡਰਾਫਟ ਪੇਪਰ ਭਰਨਾ ਹੈ ਤੇ ਆਹ ਜਿਹੜੇ ਤੁਹਾਨੂੰ ਐਡਰੈਸ ਦਿੱਸਿਆ ਸੀ ਉਹਦੇ ਉੱਪਰ ਤੁਸੀਂ ਪੋਸਟ ਕਰ ਦੇਣਾ ਕੋਈ ਵੀ ਰਿਟਨ ਟੈਸਟ ਨਹੀਂ ਹੋਣਾ ਸਿੱਧੇ ਸਿੱਧੇ ਤੁਹਾਡੇ ਇੰਟਰਵਿਊ ਜਿਹਦੇ ਵਿੱਚ ਤੁਹਾਡੇ ਸਾਡੇ ਸਰਟੀਫਿਕੇਟਸ ਦੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਕੁਝ ਨਹੀਂ ਪਤਾ ਲੱਗ ਰਿਹਾ ਤਾਂ ਯੂ ਕੈਨ ਆਸਕ ਮੀ ਇਨ ਦਾ ਕਮੈਂਟ ਸੈਕਸ਼ਨ ਥਿਸ ਵਾਸ ਆਲ ਬਾਊਟ ਟੁਡੇਸ ਵੀਡੀਓ ਐਂਡ ਜੇ ਹੋਰ ਕੋਈ ਵੀ ਵੀਡੀਓ ਜਿਹੜੀ ਹੈ ਵੈਕੈਂਸੀਜ਼ ਨੇ ਤੁਹਾਡਾ ਕੋ ਮਿਸ ਆਊਟ ਨਾ ਹੋ ਉਦਿ ਵਾਸਾ ਸਾਡਾ ਟੈਲੀਗ੍ਰਾਮ ਇੰਸਟਾਗ੍ਰਾਮ ਤੇ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲੋ ਟਿਲ ਦੈਨ ਟੇਕ ਕੇਅਰ ਬਾਏ ਬਾਏ